ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡੇ ਮੇਰੇ ਯੂਟਿਊਬ ਚੈਨਲ 'ਤੇ। ਇੱਕ ਨਿਊ ਨੋਟੀਫਿਕੇਸ਼ਨ ਜੋਬ ਦੇ ਰਿਗਾਰਡਿੰਗ, ਠੀਕ ਹੈ, ਨਵੀਆਂ ਪੋਸਟਾਂ ਜਿਹੜੀਆਂ ਅਨਾਊਂਸ ਕੀਤੀਆਂ ਗਈਆਂ ਨੇ। ਇਹ ਪੋਸਟਾਂ PPSC ਵੱਲੋਂ ਅਨਾਊਂਸ ਕੀਤੀਆਂ ਗਈਆਂ ਨੇ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ। ਠੀਕ ਹੈ, ਟੋਟਲ ਜਿਹੜੀਆਂ ਪੋਸਟਾਂ ਨੇ 320 ਪੋਸਟਾਂ ਨੇ। ਇਹ ਪੋਸਟਾਂ ਤੁਸੀਂ ਚੈੱਕ ਕਰ ਸਕਦੇ ਹੋ, ਕੈਟਾਗਰੀ ਵਾਈਜ਼ ਦੇਖੋ ਇਹ ਪੋਸਟਾਂ ਨੂੰ ਡਿਵਾਈਡ ਕੀਤਾ ਗਿਆ ਹੋਇਆ। ਜਿਵੇਂ ਜਨਰਲ ਕੈਟਾਗਰੀ ਦੀਆਂ 125, EX ਸਰਵਿਸਮੈਨ ਦੀਆਂ 23। ਠੀਕ ਹੈ, ਬਾਕੀ ਤੁਸੀਂ ਇਹ ਲਿਸਟ ਚੈੱਕ ਕਰ ਸਕਦੇ ਹੋ, ਔਨਲਾਈਨ ਪੋਸਟਾਂ ਨੇ। ਅਤੇ ਇਹਦੇ ਵਿੱਚ ਜਿਹੜੀ ਤੁਹਾਡੀ ਪੇ ਰਹਿਣੀ ਹੈ ਉਹ ਹੈ 35,400। ਠੀਕ ਹੈ, ਅਤੇ ਇਹਦੇ ਵਿੱਚ ਜਿਹੜੀ ਕੁਆਲੀਫਿਕੇਸ਼ਨ ਹੈ, ਗ੍ਰੈਜੂਏਸ਼ਨ ਤੁਸੀਂ ਕੀਤੀ ਹੋਣੀ ਚਾਹੀਦੀ ਹੈ ਕਿਸੇ ਵੀ ਸਟਰੀਮ ਦੇ ਵਿੱਚ, ਪਲੱਸ ਤੁਹਾਡੇ ਕੋਲ ਜਿਹੜੀ ਗ੍ਰੈਜੂਏਸ਼ਨ ਦੇ ਵਿੱਚ ਹੈ 60% ਤੁਹਾਡੇ ਕੋਲ ਨੰਬਰ ਹੋਣੇ ਚਾਹੀਦੇ। ਅਗਰ ਤੁਹਾਡੇ 60% ਤੋਂ ਨੰਬਰ ਘੱਟ ਹੈ ਤਾਂ ਤੁਸੀਂ ਇਸ ਲਈ ਇਲੀਜੀਬਲ ਨਹੀਂ ਹੋ। ਅਤੇ ਤੁਹਾਡੇ ਕੋਲ ਕੰਪਿਊਟਰ ਕੋਰਸ ਦਾ ਡਿਪਲੋਮਾ ਜਾਂ ਸਰਟੀਫਿਕੇਟ ਹੋਣਾ ਚਾਹੀਦਾ। ਅਤੇ ਜਿਹੜੀ 10ਵੀਂ ਹੈ ਤੁਸੀਂ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਹੋਣੀ, ਤੁਹਾਡੇ ਲਈ ਕੰਪਲਸਰੀ ਹੈ। ਠੀਕ ਹੈ, ਤਾਂ ਹੀ ਤੁਸੀਂ ਇਸ ਪੋਸਟ ਲਈ ਇਲੀਜੀਬਲ ਹੁੰਦੇ ਹੋ। ਨੈਕਸਟ ਜਿਹੜੀ ਤੁਹਾਡੀ ਏਜ ਹੈ 18 ਤੋਂ ਲੈ ਕੇ 37 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ। ਅਤੇ ਜਿੱਦਾਂ ਕੈਟਾਗਰੀ ਨੂੰ ਛੂਟ ਹੁੰਦੀ ਹੈ ਤਾਂ 45 ਹੈ ਤੁਹਾਡੀ। ਠੀਕ ਹੈ ਜੀ, ਉਸ ਤੋਂ ਬਾਅਦ ਤੁਸੀਂ ਆਹ ਚੈੱਕ ਕਰ ਸਕਦੇ ਹੋ, ਤੁਹਾਡਾ ਜਿਹੜਾ ਟੈਸਟ ਹੋਏਗਾ, ਤੁਹਾਡਾ ਸਿਲੇਬਸ ਦਿੱਤਾ ਹੋਇਆ, ਟੋਟਲ 480 ਮਾਰਕਸ ਦਾ ਹੈ। ਠੀਕ ਹੈ ਜੀ, ਅਤੇ ਆਹ ਪੈਟਰਨ ਤੁਸੀਂ ਚੈੱਕ ਕਰ ਸਕਦੇ ਹੋ। ਨੈਕਸਟ ਇਹਦੇ ਵਿੱਚ ਤੁਸੀਂ ਰਿਟਨ ਟੈਸਟ ਹੋਣਾ ਤੁਹਾਡਾ। ਠੀਕ ਹੈ ਜੀ, ਅਤੇ ਇਹ ਪੋਸਟ ਨੂੰ ਜਿਹੜੀ ਅਪਲਾਈ ਕਰਨ ਦੀ ਲਾਸਟ ਡੇਟ ਹੈ ਉਹ ਹੈ 22/12/2021। ਠੀਕ ਹੈ ਜੀ, ਅਤੇ ਸਾਰਾ ਕੁਝ ਦੱਸਿਆ ਹੋਇਆ ਇਹਦੇ ਵਿੱਚ। ਠੀਕ ਹੈ ਜੀ, ਅਤੇ ਫੀਸ ਡਿਪੋਜ਼ਿਟ ਕਰਨ ਦੀ ਜਿਹੜੀ ਲਾਸਟ ਡੇਟ ਹੈ ਉਹ ਹੈ 29/12/2021। ਨੈਕਸਟ ਇਹਦੇ ਵਿੱਚ ਫੀਸ ਜਿਹੜੀ ਇਹਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ, ਜਿੱਦਾਂ ਲਾ ਲਓ ਸ਼ਡਿਊਲ ਕਾਸਟ ਦੇ ਨੇ 750। ਠੀਕ ਹੈ ਜੀ, EX ਸਰਵਿਸਮੈਨ ਦੇ ਨੇ 500, ਬਾਕੀ ਆ ਤੁਸੀਂ ਚੈੱਕ ਕਰ ਸਕਦੇ ਹੋ। ਠੀਕ ਹੈ ਜੀ, ਜਨਰਲ ਕੈਟਾਗਰੀ ਦੇ ਜਾਂ ਸਪੋਰਟਸ ਕੋਟਾ ਹੋ ਗਿਆ, ਜੋ ਵੀ ਹੋ ਗਿਆ, ਠੀਕ ਹੈ, ਉਹਨਾਂ ਦੀ ਫੀਸ ਹੈ 1500। ਅਤੇ ਨੈਕਸਟ ਇਹਦੇ ਵਿੱਚ ਆਪਾਂ ਕੀ ਦੇਖਣਾ, ਆ ਕੈਟਾਗਰੀ ਕੋਡ ਦਿੱਤੇ ਹੋਏ ਹੈ। ਠੀਕ ਹੈ, ਜੋ ਤੁਸੀਂ ਪੋਸਟ ਫਿਲ ਕਰਨੀ ਤਾਂ ਤੁਸੀਂ ਇਹ ਕੋਡ ਫਿਲ ਕਰਨਾ ਉਸਦੇ ਵਿੱਚ। ਨੈਕਸਟ ਆਪਣੇ ਕੋਲ ਬਾਕੀ ਨੋਟੀਫਿਕੇਸ਼ਨ ਦਾ ਜਿਹੜਾ ਲਿੰਕ ਹੈ ਬਾਇਓ ਦੇ ਵਿੱਚ ਦਿੱਤਾ ਹੋਇਆ, ਤੁਸੀਂ ਇਹਨੂੰ ਲਿੰਕ ਨੂੰ ਓਪਨ ਕਰਕੇ ਸਾਰੀ ਡਿਟੇਲ ਤੁਸੀਂ ਫਿਲ ਚੈੱਕ ਕਰ ਸਕਦੇ ਹੋ। ਠੀਕ ਹੈ, ਪੂਰੇ ਧਿਆਨ ਨਾਲ ਨੋਟੀਫਿਕੇਸ਼ਨ ਨੂੰ ਪੜ੍ਹ ਲੈਣਾ, ਨੋਟੀਫਿਕੇਸ਼ਨ ਪੜ੍ਹ ਕੇ ਫਿਰ ਹੀ ਆਪਣੀ ਪੋਸਟ ਤੁਸੀਂ ਅਪਲਾਈ ਕਰਨੀ ਹੈ। ਠੀਕ ਹੈ ਜੀ, ਔਨਲਾਈਨ ਪੋਸਟ ਹੈ, ਤੁਸੀਂ ਔਨਲਾਈਨ ਇਹਨਾਂ ਦੀ ਵੈਬਸਾਈਟ ਦਿੱਤੀ ਹੋਈ ਹੈ, ਉੱਥੇ ਜਾ ਕੇ ਤੁਸੀਂ ਔਨਲਾਈਨ ਅਪਲਾਈ ਕਰ ਸਕਦੇ ਹੋ। ਠੀਕ ਹੈ ਜੀ, ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ। ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰ ਦਿਓ। ਥੈਂਕ ਯੂ।